ਇਹਨਾਂ ਨੇ ਤਾਂ ਕਰਤੀ ਉਹੀ ਗੱਲ ਵੀ ਚਿੜੀਆਂ ਦੀ ਮੌਤ ਅਤੇ ਗਵਾਰਾਂ ਦਾ ਹਾਸਾ ਅਤੇ ਮਦਾਰੀ ਅਤੇ ਜਮੂਰਾ ਦੋਨੇ ਰਲ ਕੇ ਵੇਖਦੇ ਆ ਤਮਾਸ਼ਾ। ਇਹੀ ਗੱਲ ਕਰਤੀ ਤੁਸੀਂ ਮਿੱਤਰੋ। ਔਰ ਅਗਲੀ ਗੱਲ ਜਿਹੜੀ ਇਹ ਆ, ਇਹ ਗੱਲ ਸਿੱਧ ਜ਼ਰੂਰ ਹੋ ਗਈ ਵੀ ਭੇਡਾਂ ਮੁੰਨੀਆਂ ਜਾ ਸਕਦੀਆਂ, ਸਮਝਾਈਆਂ ਨਹੀਂ। ਪੰਜਾਬੀ ਐਕਟਰ ਦੀਪ ਸਿੱਧੂ ਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਲੋਕਾਂ ਨੂੰ ਮੋਮਬੱਤੀਆਂ ਜਲਾਉਣ ਦੀ ਗੱਲ 'ਤੇ ਵਿਰੋਧ ਕੀਤਾ ਸੀ ਅਤੇ ਕਿਹਾ ਸੀ ਕਿ ਸਾਨੂੰ ਦੇਸ਼ ਦੇ ਆਗੂਆਂ ਤੋਂ ਇਹੋ ਜਿਹੀ ਉਮੀਦ ਨਹੀਂ। 5 ਤਰੀਕ ਨੂੰ ਰਾਤ ਨੂੰ 9 ਵਜੇ ਘਰ ਦੀਆਂ ਲਾਈਟਾਂ ਬੰਦ ਕਰਕੇ 9 ਮਿੰਟ ਦੀਵਾ, ਮੋਮਬੱਤੀ ਜਾਂ ਫੋਨ ਦੀ ਫਲੈਸ਼ ਲਾਈਟ ਨਾਲ ਰੋਸ਼ਨੀ ਕਰਨ ਨੂੰ ਪ੍ਰਧਾਨ ਮੰਤਰੀ ਵੱਲੋਂ ਕਿਹਾ ਗਿਆ ਸੀ। ਪਰ ਕੁਝ ਮੂਰਖ ਲੋਕਾਂ ਨੇ ਇਸ ਮਾੜੇ ਸਮੇਂ 'ਚ, ਜਿਸ ਦੌਰਾਨ ਕੋਰੋਨਾ ਕਰਕੇ ਕਈ ਹਜ਼ਾਰ ਮੌਤਾਂ ਹੋ ਚੁੱਕੀਆਂ ਨੇ, ਉਸ ਸਮੇਂ 'ਚ ਪਟਾਕੇ ਚਲਾ ਕੇ ਦੀਵਾਲੀ ਮਨਾਈ, ਜਿਸ 'ਤੇ ਦੀਪ ਸਿੱਧੂ ਨੇ ਆਪਣਾ ਗੁੱਸਾ ਜ਼ਾਹਿਰ ਕੀਤਾ। ਆਓ ਦੇਖਦੇ ਹਾਂ ਕੀ ਕਿਹਾ ਦੀਪ ਸਿੱਧੂ ਨੇ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਹੁਣ ਦੇਖਿਆ ਇਹਨਾਂ ਨੇ ਤਾਂ ਕਰਤੀ ਉਹੀ ਗੱਲ, ਪਹਿਲਾਂ ਥਾਲੀਆਂ ਤੋਂ ਚੱਲੇ ਅਤੇ ਪਟਾਕਿਆਂ 'ਤੇ ਆ ਗਏ। ਸੋ ਮੈਨੂੰ ਸਮਝ ਨਹੀਂ ਆਉਂਦੀ ਸਾਡੇ ਬੰਦਿਆਂ ਦੀ, ਜਿਹੜੇ ਬੰਦਿਆਂ ਨੇ ਪਟਾਕੇ ਚਲਾਏ ਆ ਉਹਨਾਂ ਦੀ, ਵੀ ਇਹ COVID-19 ਤੁਹਾਡੇ ਲੰਗਸ 'ਤੇ ਅਟੈਕ ਕਰਦਾ, ਇਟ ਕੋਜ਼ਿਸ ਅ ਲੰਗ ਡਿਜ਼ੀਜ਼। ਤੁਸੀਂ ਉਹੀ ਗੱਲ ਕਰਤੀ ਵੀ ਚਿੜੀਆਂ ਦੀ ਮੌਤ ਅਤੇ ਗਵਾਰਾਂ ਦਾ ਹਾਸਾ ਅਤੇ ਮਦਾਰੀ ਅਤੇ ਜਮੂਰਾ ਦੋਨੇ ਰਲ ਕੇ ਵੇਖਦੇ ਆ ਤਮਾਸ਼ਾ। ਇਹੀ ਗੱਲ ਕਰਤੀ ਤੁਸੀਂ ਮਿੱਤਰੋ। ਔਰ ਅਗਲੀ ਗੱਲ ਜਿਹੜੀ ਇਹ ਆ, ਇਹ ਗੱਲ ਸਿੱਧ ਜ਼ਰੂਰ ਹੋ ਗਈ ਵੀ ਭੇਡਾਂ ਮੁੰਨੀਆਂ ਜਾ ਸਕਦੀਆਂ, ਸਮਝਾਈਆਂ ਨਹੀਂ। ਸੋ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਸੀ ਵੀ ਤੁਸੀਂ ਨਾ ਟਲੇ ਅਤੇ ਚਲੋ ਰੱਬ ਰਾਖਾ, ਬਾਕੀ ਗੱਲਾਂ ਕੱਲ੍ਹ ਕਰਾਂਗੇ ਹੁਣ ਤੁਹਾਡੇ ਨਾਲ, ਕਿਉਂਕਿ ਇਟਸ ਅਪਸੈਟਿੰਗ ਅਗੇਨ, ਬਟ ਕੀ ਕੀਤਾ ਜਾ ਸਕਦਾ। ਉਹੀ ਗੱਲ ਆ ਵੀ ਮੁੰਨੀਆਂ ਜਾ ਸਕਦੀਆਂ ਭੇਡਾਂ, ਸਮਝਾਈਆਂ ਨਹੀਂ। ਸਤਿ ਸ਼੍ਰੀ ਅਕਾਲ। ਸੋ ਦੋਸਤੋ, ਜੇ ਤੁਸੀਂ ਵੀ ਸਹਿਮਤ ਦੀਪ ਸਿੱਧੂ ਦੀ ਗੱਲ ਨਾਲ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ। ਔਰ ਜੇ ਤੁਹਾਨੂੰ ਦੀਪ ਸਿੱਧੂ ਦੀ ਗੱਲ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਿਓ। ਮੈਂ ਗਗਨਦੀਪ ਲੈਣਾ ਹੁਣ ਤੁਹਾਡੇ ਤੋਂ ਇਜਾਜ਼ਤ ਅਤੇ ਮਿਲਦੇ ਹਾਂ ਦੁਬਾਰਾ ਇੱਕ ਨਵੀਂ ਵੀਡੀਓ ਦੇ ਨਾਲ। ਉਦੋਂ ਤੱਕ ਜੁੜੇ ਰਹੋ ਚੈਨਲ ਨਾਲ। ਚੈਨਲ ਅਪਡੇਟਸ ਲਈ ਪੰਜਾਬੀ ਮੂਵੀਜ਼ ਅੱਡਾ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਪਹਿਲਾਂ ਨੋਟੀਫਿਕੇਸ਼ਨ ਲੈਣ ਲਈ ਬੈਲ ਆਈਕਨ 'ਤੇ ਪ੍ਰੈਸ ਕਰੋ।